ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਸੇ ਦੇ ਮੱਦੇਨਜ਼ਰ ਹਰ ਕੋਈ ਬਾਬੇ ਦੇ ਜਨਮ ਦਿਹਾੜੇ ਦੀਆਂ ਤਿਆਰੀਆਂ ਵਿੱਚ ਲੱਗਾ ਹੋਇਆ ਹੈ। ਹਰ ਕੋਈ ਇਸ ਮੌਕੇ ਕੋਈ ਨਾ ਕੋਈ ਅਜਿਹਾ ਕੰਮ ਕਰਨ ਵਿੱਚ ਲੱਗਾ ਹੋਇਆ ਹੈ ਤਾਂ ਕਿ ਇਸ ਮੌਕੇ ਨੂੰ ਯਾਦਗਾਰ ਬਣਾਇਆ ਜਾ ਸਕੇ। ਅਜਿਹਾ ਹੀ ਕੁਝ ਕੀਤਾ ਹੈ ਪੰਜਾਬ ਦੇ ਸ਼ਹਿਰ ਜਲੰਧਰ ਦੇ ਇੱਕ ਸਿੱਖ ਬਜ਼ੁਰਗ ਨੇ, ਜਿਨ੍ਹਾਂ ਨੇ 5 ਭਾਸ਼ਾਵਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਇੱਕ ਕਿਤਾਬ ਲਿਖੀ, ਜਿਸ ਦਾ ਨਾਮ ਰੱਖਿਆ ਗਿਆ ਹੈ ਨਾਨਕ ਨਾਮ ਸੰਤੋਖੀਆ। ਇਹ ਕਿਤਾਬ ਸਤਪਾਲ ਸਿੰਘ ਵੱਲੋਂ ਪੰਜਾਬੀ, ਹਿੰਦੀ, ਇੰਗਲਿਸ਼, ਇਟਾਲੀਅਨ ਅਤੇ ਜਰਮਨ ਭਾਸ਼ਾ ਵਿੱਚ ਲਿਖੀ ਗਈ ਹੈ। ਇਸ ਸੰਬੰਧੀ ਜਦ ਸਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਕਿਤਾਬ ਨੂੰ 5 ਭਾਸ਼ਾਵਾਂ ਵਿੱਚ ਲਿਖਣ ਦਾ ਮੁੱਖ ਮੰਤਵ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਦੇ ਬੱਚੇ, ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰਬਾਣੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਰੱਖਣਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਕਿਤਾਬ ਨੂੰ ਲਿਖਣ ਦਾ ਇਹ ਮੰਤਵ ਵੀ ਸੀ ਕਿ ਅਕਸਰ ਜਦ ਇਨਸਾਨ ਇਹ ਸੰਸਾਰ ਛੱਡ ਜਾਂਦਾ ਹੈ ਤਾਂ ਲੋਕ ਉਸਨੂੰ ਕੁਝ ਸਮੇਂ ਵਿੱਚ ਭੁੱਲ ਜਾਂਦੇ ਨੇ, ਪਰ ਇਸ ਕਿਤਾਬ ਦੇ ਰਾਹੀਂ ਲੋਕ ਉਹਨਾਂ ਨੂੰ ਯਾਦ ਰੱਖਣਗੇ। ਉਹਨਾਂ ਨੇ ਆਪਣੇ ਦੋਸਤ ਬ੍ਰਜਮੋਹਨ ਮੱਲੀ ਦਾ ਵੀ ਧੰਨਵਾਦ ਕੀਤਾ, ਜੋ ਕਿ ਇੱਕ ਹਿੰਦੀ ਲੇਖਕ ਨੇ ਅਤੇ ਜਿਨ੍ਹਾਂ ਨੇ ਉਹਨਾਂ ਦਾ ਕਿਤਾਬ ਲਿਖਣ ਦੇ ਵਿੱਚ ਬਹੁਤ ਸਾਥ ਦਿੱਤਾ। ਬੁੱਕ ਬਾਰੇ ਜੀ, ਇਹਦਾ ਨਾਨਕ ਨਾਮ ਸੰਤੋਖੀਆ ਇਹਦਾ ਨਾਂ ਹੈ, ਤਾਂ ਇਹਦੇ 'ਚ ਪਰਮਾਤਮਾ ਦੇ ਨਾਮ ਨਾਲ ਸੰਤੋਖ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾਨਕ ਨਾਮ ਸੰਤੋਖੀਆ, ਨਾਨ ਹੇ ਨਾਨਕ, ਪਰਮਾਤਮਾ ਦੇ ਨਾਮ ਨਾਲ ਹੀ ਸੰਤੋਖ ਮਿਲਦਾ। ਅਤੇ ਇਸ ਕਿਤਾਬ ਦੇ ਬਾਰੇ ਇਹਨੂੰ ਬੜੀ ਦੇਰ ਲੱਗੀ ਕਿਤਾਬ ਨੂੰ ਬਣਾਉਣ ਲੱਗਿਆਂ, 5 ਸਾਲ ਲੱਗੇ ਨੇ ਔਰ ਇਹਦੇ ਵਿੱਚ 41 ਤਸਵੀਰਾਂ ਨੇ ਔਰ 40 ਤਸਵੀਰਾਂ ਤੁਕਾਂ ਨਾਲ ਲੱਗੀਆਂ ਹੋਈਆਂ ਨੇ ਔਰ ਉਹਨਾਂ ਤੁਕਾਂ ਦੇ ਨਾਲ ਉਹਨਾਂ ਤਸਵੀਰਾਂ ਨੂੰ ਰਿਲੇਟ ਕੀਤਾ ਗਿਆ, ਉਹਨਾਂ ਨੂੰ ਡਿਪਿਕਟ ਕੀਤਾ ਗਿਆ ਉਹਨਾਂ ਦੇ ਤੁਕਾਂ ਦੀ ਰਾਹੀਂ ਔਰ ਉਹ ਪੰਜਾਬੀ, ਹਿੰਦੀ, ਇੰਗਲਿਸ਼, ਜਰਮਨ ਅਤੇ ਇਟੈਲੀਅਨ ਦੇ ਵਿੱਚ ਹੈਗੇ। ਅਤੇ ਕਿਉਂਕਿ ਇਹਨਾਂ ਜਿਹੜੀਆਂ ਫੋਰਨ ਲੈਂਗੁਏਜ 'ਚ ਲਿਖਣ ਦਾ ਮੇਰਾ ਇੱਕ ਮੰਤਵ ਇਹ ਸੀ, ਕਿਉਂਕਿ ਜਿਹੜੀਆਂ ਸਾਡੇ ਜਿਹੜੇ ਲੋਕ ਜਿਹੜੇ ਬਾਹਰ ਵੱਸਦੇ ਨੇ ਪੰਜਾਬ ਤੋਂ, ਖਾਸ ਤੌਰ 'ਤੇ ਯੂਰਪ ਵਿੱਚ, ਕਿਉਂਕਿ ਉੱਥੇ ਕੋਈ ਇੰਗਲਿਸ਼ ਨਹੀਂ ਬੋਲੀ ਜਾਂਦੀ ਜ਼ਿਆਦਾ, ਜਿਵੇਂ ਜਰਮਨ ਮਤਲਬ ਇਟਲੀ, ਉੱਥੇ ਸਭ ਉਹਨਾਂ ਦੀਆਂ ਭਾਸ਼ਾਵਾਂ ਆਪਣੀਆਂ ਬੋਲਦੇ ਨੇ, ਇੰਗਲਿਸ਼ ਬਹੁਤ ਘੱਟ ਬੋਲਦੇ ਨੇ। ਅਤੇ ਇੰਗਲਿਸ਼ 'ਚ ਤਾਂ ਸਾਡਾ ਫਿਰ ਕਾਫੀ ਲਿਟਰੇਚਰ ਹੈਗਾ, ਪੰਜਾਬੀ, ਇੰਗਲਿਸ਼, ਹਿੰਦੀ 'ਚ ਕਾਫੀ ਲਿਟਰੇਚਰ, ਇਹਨਾਂ ਦੋ ਲੈਂਗੁਏਜ 'ਚ ਕੋਈ ਲਿਟਰੇਚਰ ਨਹੀਂ ਹੈਗਾ ਜਿਹੜਾ ਮੇਰੇ, ਜਿੱਥੋਂ ਤੱਕ ਮੇਰੀ ਨੌਲੇਜ ਹੈ, ਹੋ ਸਕਦਾ ਹੋਵੇ ਮੈਨੂੰ ਪੂਰਾ ਪਤਾ ਨਹੀਂ। ਔਰ ਇਹਨੂੰ ਮਤਲਬ ਕਰਨ 'ਤੇ ਮੈਨੂੰ ਕਾਫੀ ਮੁਸ਼ੱਕਤ ਕਰਨੀ ਪਈ, ਮਿਹਨਤ ਕਰਨੀ ਪਈ ਔਰ ਇਹਨਾਂ ਦੇ ਵਿੱਚ ਮੈਂ ਬੜੇ ਸਕੋਲਰਸ ਦਾ ਯੋਗਦਾਨ ਲਿਆ, ਜਿਵੇਂ ਡਾਕਟਰ ਮੋਹਨ ਕੁਮਾਰ ਜੀ, ਹੈੱਡ ਆਫ ਦਾ ਜਰਮਨ ਡਿਪਾਰਟਮੈਂਟ, ਜਰਮਨ ਲੈਂਗੁਏਜ ਡਿਪਾਰਟਮੈਂਟ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਹੋਰ ਜਿਹੜੇ ਗੁਰੂ ਨਾਨਕ ਆਪਣਾ ਇੱਥੋਂ ਦੇ ਡਾਕਟਰ ਮਨਜੀਤ ਸਿੰਘ, ਪ੍ਰੋਫੈਸਰ ਮਨਜੀਤ ਸਿੰਘ ਲੈਲਪੁਰ ਖਾਲਸਾ ਕਾਲਜ ਦੇ ਹੈੱਡ ਆਫ ਦਾ ਇੰਗਲਿਸ਼ ਡਿਪਾਰਟਮੈਂਟ, ਅਤੇ ਸਤੀਸ਼ ਕਾਂਤ ਜਿਹੜੇ ਫੋਰਨ ਲੈਂਗੁਏਜ ਦੇ ਉਹਨਾਂ ਦਾ ਸਕੂਲ ਹੈ, ਅਤੇ ਬਾਕੀ ਹੋਰ ਡਾਕਟਰ ਜਗਦੀਸ਼ ਕੌਰ ਵਾਡੀਆ, ਅਤੇ ਹੋਰ ਜਿਹੜੇ ਮੇਰੇ ਯਾਰ ਦੋਸਤ ਜਿਵੇਂ ਮੱਲੀ ਸਾਹਿਬ ਨੇ, ਇਹਨਾਂ ਨੂੰ ਮੈਂ ਇਹਨਾਂ ਕੋਲੋਂ ਮੈਂ ਲਏ ਹਿੰਦੀ ਬਾਰੇ ਇਹਨਾਂ ਕੋਲੋਂ ਪੁੱਛਿਆ, ਅਤੇ ਪੰਜਾਬੀ ਬਾਰੇ ਡਾਕਟਰ, ਜਿੱਥੇ ਜਿੱਥੇ ਮੇਰਾ ਦਿਲ ਸੀ ਬਈ ਮੈਨੂੰ ਕੋਈ ਇਹਦੇ 'ਚ ਗਲਤੀ ਨਾ ਰਹਿ ਜਾਏ, ਇਸ ਵਾਸਤੇ ਮੈਨੂੰ ਇਸ ਚੀਜ਼ ਦੀ ਜ਼ਿਆਦਾ, ਨਾਲੇ ਮੇਰੀ ਪਲੇਠੀ ਪੁਸਤਕ ਸੀ ਔਰ ਮੈਨੂੰ ਕਹਿੰਦਾ ਸੀ, ਮੈਂ ਮੇਰੇ ਦਿਲ 'ਚ ਸੀ ਬਈ ਕਿਤੇ ਕੋਈ ਗਲਤੀ ਨਾ ਰਹਿ ਜਾਵੇ, ਕਿਉਂਕਿ ਇਸ ਵਾਸਤੇ ਮੈਂ ਬੜਾ ਇਸ ਵਾਸਤੇ ਮਨ 'ਚ ਕੀ ਆਇਆ ਸੀ ਕਿ ਕਿਉਂ ਲਿਖੀ ਜਾਵੇ? ਮਨ 'ਚ ਇਹੋ ਹੀ ਆਇਆ ਕਿ ਦੇਖੋ, ਸਾਡੇ ਬੜੇ ਦੋਸਤ ਲੱਖਾਂ ਕਰੋੜਾਂ ਪਤੀ ਚਲੇ ਗਏ, ਅਤੇ ਲੇਕਿਨ ਉਹਨਾਂ ਦੀ ਬਸ ਚਲੇ ਗਏ, ਖਤਮ ਹੋ ਗਈ। ਇਹ ਕਿਤਾਬ ਇੱਕ ਐਸੀ ਲਿਖੀ ਗਈ ਹੈ ਜਿਹੜੀ ਕਿ ਹਰ ਬੰਦਾ ਮੇਰੇ ਜਾਣ ਤੋਂ ਬਾਅਦ ਵੀ ਉਹਨੂੰ ਪੜ੍ਹੇਗਾ ਅਤੇ ਵੇਖੇਗਾ, ਅਤੇ ਇਹ ਮੇਰਾ ਮੰਤਵ ਮੇਰਾ ਇਹ ਸੀ ਕਿ ਇਹਦੇ ਨਾਲ ਮਤਲਬ ਜਿਹੜੇ ਪੰਜਾਬ ਤੋਂ ਬਾਹਰ ਵੱਸਦੇ ਸਰਦਾਰ ਜਾਂ ਪੰਜਾਬੀ, ਉਹ ਇਹਨੂੰ ਪੜ੍ਹ ਕੇ ਅਤੇ ਇਹਦਾ ਮਤਲਬ ਇੱਕ ਲਾਇਆ ਲੈਣ, ਗੁਰਬਾਣੀ ਜਿਹੜੀ ਹੈ ਉਹ ਬੋਝਤਾ ਹੈ, ਉਹ ਇੱਕ ਸੰਸਾਰ ਸਾਗਰ ਤੋਂ ਤਰਨ ਵਾਸਤੇ ਇੱਕ ਜਹਾਜ਼ ਹੈ, ਕਿਉਂਕਿ ਦੁਨੀਆ ਇਹਦੇ ਵਿੱਚ ਇੱਕ ਤਸਵੀਰ ਆਉਂਦੀ ਵੇ ਜਿਹਦੇ ਵਿੱਚ ਉਹਨਾਂ ਨੇ ਇੱਕ ਤਸਵੀਰ 'ਚ ਇੱਕ ਇਨਸਾਨ ਬੈਠਾ ਅਤੇ ਆਲੇ ਦੁਆਲੇ ਮਗਰਮੱਛ ਹੈਗੇ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਔਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਉਸ ਬੇੜੀ ਨੂੰ ਉਲਟਾਉਣਾ ਚਾਹੁੰਦੇ ਨੇ, ਪਰ ਸਿਰਫ ਇੱਕ ਪਰਮਾਤਮਾ ਦਾ ਨਾਮ ਹੈ ਉਹਨੂੰ ਉਸ ਬੇੜੀ ਨੂੰ ਬਚਾ ਸਕਦਾ ਹੈ। ਅੱਛਾ, ਭਵਿੱਖ ਦੀ ਜੇ ਗੱਲ, ਹਾਂਜੀ ਭਵਿੱਖ ਦੀ ਗੱਲ ਇਹ ਵੇ ਕਿ ਮੇਰੇ ਦਿਲ 'ਚ ਤਾਂ ਹੈ ਬਹੁਤ ਮਤਲਬ ਕਿਤਾਬਾਂ ਇੱਦਾਂ ਦੀਆਂ ਲਿਖਾਂ ਜਿਹੜੀਆਂ ਫੋਰਨ ਲੈਂਗੁਏਜ 'ਚ ਹੋਣ, ਕਿਉਂਕਿ ਮੈਨੂੰ
ਹੋਰ ਵੀ ਲੈਂਗੁਏਜ ਜਰਮਨ ਇਟਲੀ ਤੋਂ ਇਟੈਲੀਅਨ ਤੋਂ ਇਲਾਵਾ ਫਰੈਂਚ ਸਪੈਨਿਸ਼ ਇਹਨਾਂ 'ਚ ਵੀ ਲਿਖਣਾ ਚਾਹੁੰਦਾ ਪਰ ਇਹ ਵੇ ਕਿ ਜੇ ਪਰਮਾਤਮਾ ਨੇ ਸਾਥ ਦਿੱਤਾ ਸਿਹਤ ਨੇ ਸਾਥ ਦਿੱਤਾ ਤਾਂ ਜ਼ਰੂਰ ਲਿਖਾਂਗਾ। ਦੇਖੋ ਇਸ ਤਰ੍ਹਾਂ ਜੀ ਇੱਕ ਪੁਸਤਕ ਬਣਾਉਣੀ ਜਾਂ ਲਿਖਣੀ ਇੱਕ ਯੱਗ ਦੀ ਤਰ੍ਹਾਂ ਹੁੰਦਾ ਉਹ ਯੱਗ ਜੀ ਤੁਹਾਨੂੰ ਪਤਾ ਵੀ ਅਹੁਦੀਆਂ ਪੈਂਦੀਆਂ ਔਰ ਤਾਂ ਹੀ ਉਹਦਾ ਖੁਸ਼ਬੂ ਫੈਲਦੀ ਹੈਗੀ ਸਾਰੀ ਦੁਨੀਆ 'ਚ ਅਤੇ ਇੱਕ ਤਾਂ ਇਹਨਾਂ ਨੂੰ ਟਾਈਮ ਲੱਗਾ ਜਿਹੜਾ ਨਾ ਵਿੱਚ ਵਿੱਚ ਇਹਨਾਂ ਨੇ ਆਉਣਾ ਵਿੱਚ ਵਿੱਚ ਨਹੀਂ ਆਉਣਾ ਮੈਂ ਉਹਨੂੰ ਕਹਿੰਦਾ ਜੀ ਤੁਸੀਂ ਕਰਦੇ ਕਿਉਂ ਨਹੀਂ ਕਰੋ ਕਰੀ ਜਾਓ ਆਖਰਾਲ ਕੰਮ ਖਤਮ ਹੋਏਗਾ ਫਿਰ ਹੀ ਫਾਇਦਾ ਹੋਏਗਾ ਸੋ ਮੈਂ ਤਾਂ ਇਹਨਾਂ ਨੂੰ ਪ੍ਰੋਤਸਾਹਨ ਦਿੰਦਾ ਰਿਹਾ ਕਿ ਤੁਸੀਂ ਜੀ ਅਤੇ ਲੱਗੇ ਰਹੋ ਔਰ ਬਾਕੀ ਹਿੰਦੀ ਦੇ ਬਾਰੇ ਜਿੰਨਾ ਕੁ ਮੇਰੀ ਸਮਝ ਸੀਗੀ ਮੈਂ ਉਹਨਾਂ ਨੂੰ ਹੈਲਪ ਕੀਤੀ ਵੀ ਬਿਲਕੁਲ ਠੀਕ ਠੀਕ ਲਿਖਿਆ ਜਾਵੇ ਔਰ ਤਰਜਮਾ ਵੀ ਠੀਕ ਠੀਕ ਹੋਵੇ। ਬਿਊਰੋ ਰਿਪੋਰਟ ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅੱਜ ਹੀ ਵੈਬ ਟੀਵੀ।